सहुरे परिवार वाले जो लगातार उन्हें दे एलीगेशन ला रहे हैं कि इन्हों के कोई संबंध से, मैं इस गल नूं नकारदा हाँ, उन्होंने कोई भी यहोजा रिलेशन नहीं है। सानू फोन साढ़े प्रौहणे ने हरप्रीत ने कहा कि ताड़ी मंजीत जिहड़ी है इन्हें सफा लै लिया है। ਅਸੀਂ ਹੋਰ ਕਿਤੇ ਲੈ ਕੇ ਚੱਲਦੇ ਹਾਂ, ਉੱਥੇ ਹੀ ਮਗਰ ਆ ਫੋਨ ਦੇ ਜਿਹੜਾ ਇਹਨਾਂ ਦੇ ਲਾਗੇ ਹੋਊਗਾ ਕੋਈ, ਉਹਨੇ ਕਿਹਾ ਨਾ ਦੱਸੀ ਨਾ ਦੱਸੀ ਨਾ ਪੁਲਿਸ ਆ ਗਈ। ਉਹਦਾ ਗਲਾ ਘੁੱਟ ਕੇ, ਜਿਹੜਾ ਗਲਾ ਵੀ ਘੁੱਟਿਆ, ਉਹ ਸਿਆਣਾ ਬੰਦਾ ਜਿਹੜਾ ਵਾ ਉਹ ਜੱਜਮੈਂਟ ਕਰਦਾ, ਲੇਕਿਨ ਜੋ ਵੀ ਹੋਇਆ ਮੇਰਾ ਨਾਂ ਅਜੀਤ ਸਿੰਘ ਆ ਜੀ, ਪਿੰਡ ਕੜਿਆਲ। ਸਾਨੂੰ ਫੋਨ ਸਾਡੇ ਪ੍ਰਾਹੁਣੇ ਨੇ ਹਰਪ੍ਰੀਤ ਨੇ ਕਿਹਾ ਕਿ ਤੁਹਾਡੀ ਮਨਜੀਤ ਜਿਹੜੀ ਹੈ ਇਹਨੇ ਸਫਾ ਲੈ ਲਿਆ ਹੈ। ਨਹੀਂ, ਅਸੀਂ ਪ੍ਰਸ਼ਾਸਨ ਨੂੰ, ਸਾਨੂੰ ਤਾਂ ਹੱਥਾਂ ਪੈਰਾਂ ਦੀ ਪੈ ਗਈ, ਇਹ ਕੀ ਬਣ ਗਿਆ। ਅਸੀਂ ਪ੍ਰਸ਼ਾਸਨ ਨੂੰ ਤਲਾਕ ਹੀ ਕਰਦੇ ਹਾਂ, ਅਸੀਂ ਤਾਂ ਆਪ ਦੋਵੇਂ ਤਿੰਨੇ ਜਾਣੇ ਆਪਣੇ ਘਰ ਦੇ ਮੈਂਬਰ ਲੈ ਕੇ ਜਿੱਥੇ ਇਹਨਾਂ ਨੇ ਦੱਸਿਆ ਸੀ ਉੱਥੇ ਪਹੁੰਚਣ ਦੀ ਕੋਸ਼ਿਸ਼ ਕਰਦੇ ਹਾਂ। ਅਤੇ ਜਦੋਂ ਮੈਂ ਪੁੱਛਿਆ ਭਾਈ ਮਨਜੀਤ ਦਾ ਕੀ ਹਾਲ ਹੈ ਹਰਪ੍ਰੀਤ ਨੂੰ, ਅਤੇ ਇਹਨੇ ਕਿਹਾ ਮਨਜੀਤ ਨੂੰ ਇਹਨਾਂ ਜਵਾਬ ਦੇ ਦਿੱਤਾ ਹੈ, ਅਸੀਂ ਹੋਰ ਕਿਤੇ ਲੈ ਕੇ ਚੱਲਦੇ ਹਾਂ। ਉੱਥੇ ਹੀ ਮਗਰ ਆ ਫੋਨ ਦੇ ਜਿਹੜਾ ਇਹਨਾਂ ਦੇ ਲਾਗੇ ਹੋਊਗਾ ਕੋਈ, ਉਹਨੇ ਕਿਹਾ ਨਾ ਦੱਸੀ ਨਾ ਦੱਸੀ ਨਾ ਪੁਲਿਸ ਆ ਦੇਣੀ ਆ। ਪਰ ਲੇਕਿਨ ਇਹਨੇ ਨੂੰ ਜਦੋਂ ਅਸੀਂ ਪਹੁੰਚਦੇ ਹਾਂ ਉਦੋਂ ਪੁਲਿਸ ਪ੍ਰਸ਼ਾਸਨ ਉੱਥੇ ਖੜ੍ਹਾ ਸੀ। ਸ਼ਾਮ ਨੂੰ ਜਦੋਂ ਇਹ ਫੋਨ ਕਰਦਾ, ਇਹ ਫੋਨ ਵੀ ਉੱਥੋਂ ਕਰਦਾ ਹਸਪਤਾਲੋਂ, ਜਾਂ ਤਾਂ ਸਾਨੂੰ ਦੱਸਦਾ ਕਿ ਆਹ ਵੇਖੋ ਮੌਕਾ ਆਣ ਕੇ ਵੇਖੋ ਇਹਨਾਂ ਨੇ ਸਾਰਾ ਫਰੋਡ ਬਣਾਇਆ, ਪਹਿਲਾਂ ਮਾਰ ਕੇ ਟੰਗ ਕੇ ਅਤੇ ਜਾਂ ਉਹਦਾ ਨਾਂ ਕੀ ਫਾਹ ਦੇ ਕੇ ਉਹਦਾ ਗਲਾ ਘੁੱਟ ਕੇ, ਜਿਹੜਾ ਗਲਾ ਵੀ ਘੁੱਟਿਆ ਉਹ ਸਿਆਣਾ ਬੰਦਾ ਜਿਹੜਾ ਵਾ ਉਹ ਜੱਜਮੈਂਟ ਕਰਦਾ। ਲੇਕਿਨ ਜੋ ਵੀ ਹੋਇਆ ਉਹ ਹੁਣ ਪਰਮੇਸ਼ਰ ਦਾ ਭਾਣਾ ਜਾਂ ਵਾਹਿਗੁਰੂ ਜਾਣਦਾ ਜਾਂ ਇਹ ਜਾਣਦੇ ਆ, ਇਹ ਪਰਿਵਾਰ ਦੇ ਮੈਂਬਰ ਜੱਜ ਸਿੰਘ ਇਹਦੀ ਘਰ ਦੀ ਸਰਬਜੀਤ ਆ, ਅਤੇ ਦੂਜਾ ਪਰਮਜੀਤ ਆ ਇਹਦੀ ਮਾਤਾ, ਅਤੇ ਇਹ ਹਰਪ੍ਰੀਤ, ਇਹ ਸਾਰੇ ਇਹਨਾਂ ਦੀ ਸਾਜ਼ਿਸ਼ ਆ। ਕੁੜੀਆਂ ਇਹਨਾਂ ਨੂੰ ਲਲਕਾਰਾ ਦਿੰਦਾ ਰਹੀਆਂ ਵੀ ਫੋਨ ਦੇ ਵਿੱਚ ਕਹਿੰਦੀਆਂ ਰਹੀਆਂ ਵੀ ਜੋ ਹੁੰਦਾ ਕਰਦਾ, ਅਸੀਂ ਸਾਡੇ ਕੋਲ 50 ਲੱਖ ਰੁਪਇਆ। ਇਹਨੇ ਉਦਣ ਵੀ ਸੁਣਾਇਆ ਜਿੱਦਣ ਡੈੱਡ ਬੋਡੀ ਉੱਥੇ ਸਟੇਟਰ 'ਤੇ ਪਈ ਸੀ, ਚਾਹੀਦਾ ਸੀ ਸਾਡੇ ਨਾਲ ਕੋਈ ਦੁੱਖ ਵੰਡਾਉਣਾ, ਲੇਕਿਨ ਇਹ ਪੈਸਿਆਂ ਦੀ ਸਾਨੂੰ ਧਮਕੀ ਦਿੰਦਾ, ਇਹਦਾ ਮਤਲਬ ਵੀ ਸਾਨੂੰ ਉਹਦੇ ਨਾਲ ਕੀ ਕੋਈ ਦਬਾਅ ਨਹੀਂ ਸਕਦਾ, ਸਾਨੂੰ ਕੋਈ ਕਾਨੂੰਨ ਦਾ ਕੋਈ ਡਰ ਨਹੀਂ। ਅਸੀਂ ਤਾਂ ਇਹੋ ਚਾਹੁੰਦੇ ਹਾਂ ਕਾਨੂੰਨ ਅੱਗੇ, ਸਾਡੀ ਬੇਨਤੀ ਪ੍ਰਸ਼ਾਸਨ ਅੱਗੇ ਵੀ ਸਾਨੂੰ ਨਿਆਂ ਮਿਲਣਾ ਚਾਹੀਦਾ, ਇਹ ਮੈਂ ਬੇਨਤੀ ਕਰਦਾ ਹਾਂ ਸਾਰੀ ਸੰਗਤ ਨੂੰ ਜਾਂ ਪ੍ਰਸ਼ਾਸਨ ਨੂੰ, ਇਹ ਕਹਿੰਦਾ ਹਾਂ ਕਿ ਸਾਡੀ ਜਿਹੜੀ ਆ ਇਹ ਮੰਗ ਆ, ਇਹਨਾਂ ਦੋਸ਼ੀਆਂ ਨੂੰ ਵੱਧ ਤੋਂ ਵੱਧ ਜਿਹੜਾ ਹੈ ਸਜ਼ਾ ਦੇ ਕੇ ਉਸ ਵਿਛੜੀ ਹੋਈ ਆਤਮਾ ਨੂੰ ਜਿਹੜੀ ਆ ਸ਼ਾਂਤੀ ਦੇ ਸਕਣ। ਮੇਰਾ ਨਾਂ ਜਤਿੰਦਰ ਸਿੰਘ ਆ ਜੀ, ਅਤੇ ਇਹ ਜਿਹੜਾ ਮੇਰਾ ਮਨਪ੍ਰੀਤ ਸਿੰਘ ਜਿਹੜਾ ਮੇਰਾ ਭਰਾ ਵਾ ਜੀ ਸਕਾ, ਅਤੇ ਜਿਹਦੇ ਉੱਤੇ ਲਗਾਤਾਰ ਇਹ ਜਿਹੜਾ ਮਨਜੀਤ ਕੌਰ ਦੇ ਸਹੁਰੇ ਪਰਿਵਾਰ ਵਾਲੇ ਜੋ ਲਗਾਤਾਰ ਉਹਦੇ 'ਤੇ ਐਲੀਗੇਸ਼ਨ ਲਾ ਰਹੇ ਨੇ ਵੀ ਇਹਨਾਂ ਦੇ ਕੋਈ ਸੰਬੰਧ ਸੀ, ਮੈਂ ਇਸ ਗੱਲ ਨੂੰ ਨਕਾਰਦਾ ਹਾਂ, ਉਹਨਾਂ ਦੇ ਕੋਈ ਵੀ ਇਹੋ ਜਿਹਾ ਰਿਲੇਸ਼ਨ ਨਹੀਂ ਹੈਗਾ ਸੀ। ਇਹ ਜਾਣ ਕੇ ਜਾਣ ਬੁੱਝ ਕੇ ਉਹਦੇ 'ਤੇ ਇਲਜ਼ਾਮ ਲਾ ਰਹੇ ਨੇ ਕਿ ਉਹਨਾਂ ਦੇ ਉੱਤੋਂ ਇਲਜ਼ਾਮ ਹਟ ਕੇ ਉਹਦੇ ਉੱਤੇ ਪਾਇਆ ਜਾਵੇ। ਇਸ ਕਰਕੇ ਮੈਂ ਬੇਨਤੀ ਕਰਦਾ ਹਾਂ ਕਿ ਜਿਹੜੇ ਉਹਦੇ 'ਤੇ ਇਲਜ਼ਾਮ ਲਾਏ ਜਾ ਰਹੇ ਨੇ ਬਹੁਤ ਹੀ ਗਲਤ ਗੱਲ ਹੈ। ਜਿਹੜੀ ਵੀਡੀਓ CCTV ਕੈਮਰੇ ਦੀ ਜਿਹੜੀ ਆਉਂਦੀ ਹੈ ਉਹਦੇ ਵਿੱਚ ਜਿਹੜੀ ਫੋਟੋ ਆਉਂਦੀ ਹੈ ਉਹ ਮਨਪ੍ਰੀਤ ਸਿੰਘ ਦੀ ਨਹੀਂ ਹੈਗੀ। ਨਹੀਂ ਜੀ, ਉਹ ਮੇਰੇ ਭਰਾ ਦੀ ਨਹੀਂ ਹੈਗੀ, ਉਹ ਕਿਸੇ ਹੋਰ ਵਿਅਕਤੀ ਦੀ ਫੋਟੋ ਆ ਜਿਹੜੀ ਉਹਦੇ ਵਿੱਚ ਆਉਂਦੀ ਆ, ਨਾ ਤਾਂ ਉਹਦੀ ਕੋਈ ਟਾਈਮਿੰਗ ਹੈਗੀ ਸਹੀ, ਉਸਦਾ ਕੋਈ ਵੀ ਪ੍ਰੂਫ ਸਹੀ ਨਹੀਂ ਹੈਗਾ ਜਿਹੜਾ ਇਹ ਦੱਸਦੇ ਨੇ। ਇਸ ਕਰਕੇ ਉਹ ਬਹੁਤ ਹੀ ਮਤਲਬ ਕਿ ਗਲਤ ਵਾ ਜਿਹੜੀ ਵੀਡੀਓ ਇਹਨਾਂ ਨੇ ਬਣਾ ਕੇ, ਐਵੇਂ ਪਤਾ ਨਹੀਂ ਕਿੱਥੋਂ ਵੀਡੀਓ ਬਣਾਈ ਕਿੱਥੋਂ ਨਹੀਂ ਬਣਾਈ। ਇਸ ਗੱਲ ਦਾ ਵੀ ਇਹਨਾਂ 'ਤੇ ਕੇਸ ਬਣਦਾ ਜੀ, ਜਿਹੜਾ ਇਹ ਲੜਕੀ ਨੂੰ ਇਹਨਾਂ ਨੇ ਆਪ ਹੀ ਮਾਰਿਆ ਵਾ ਅਤੇ ਹੁਣ ਉਸ ਨੂੰ ਬਦਨਾਮ ਕਰ ਰਹੇ ਨੇ ਜਾਣ ਬੁੱਝ ਕੇ, ਇਸਦਾ ਅਸਰ ਸਾਰੇ ਪਰਿਵਾਰ ਦੇ ਉੱਤੇ ਪੈ ਰਿਹਾ ਵਾ ਜੀ। ਇਹ ਬਹੁਤ ਹੀ ਗਲਤ ਗੱਲ ਵਾ, ਇਹਨਾਂ ਨੂੰ ਇਸ ਗੱਲ ਦਾ ਜਿਹੜਾ ਵਾ ਕੋਈ ਸ਼ਰਮ ਨਹੀਂ ਹੈਗੀ ਵੀ ਸਾਡੀ ਵੀ ਉਹ ਘਰ ਵਾਲੀ ਜਾਂ ਧੀ ਹੀ ਸਾਡੀ, ਉਹਨਾਂ ਨੂੰ ਕਿਸੇ ਗੱਲ ਦੀ ਸ਼ਰਮ ਨਹੀਂ ਹੈਗੀ। ਉਹ ਆਪਣਾ ਬਚਾਅ ਕਰਨ ਵਾਸਤੇ ਸਾਰੀਆਂ ਗੱਲਾਂ ਕਰ ਰਹੇ ਨੇ, ਅਤੇ ਉਹ ਜਿਹੜੀ ਚੈਨਲ ਦੇ ਉੱਤੇ ਇਹਨਾਂ ਨੇ ਖਬਰ ਲਾਈ ਉਸ ਦੇ ਵਿੱਚ ਉਹਨਾਂ ਨੇ ਸਪਸ਼ਟ ਲਿਖਿਆ ਵੀ ਹੋਇਆ ਵਾ ਵੀਡੀਓ ਦੇ ਵਿੱਚ ਵੀ ਅਸੀਂ ਇਸ ਵੀਡੀਓ ਦੀ ਕੋਈ ਗਰੰਟੀ ਨਹੀਂ ਲੈਂਦੇ। ਚੈਨਲ ਵਾਲਿਆਂ ਨੇ ਜਿੰਨਾ ਵੀਡੀਓ ਬਣਾਈ ਉਹਨਾਂ ਨੇ ਲਿਖਿਆ ਹੋਇਆ ਵੀਡੀਓ ਦੇ ਉੱਤੇ ਵੀ ਇਸ ਵੀਡੀਓ ਦੀ ਅਸੀਂ ਕੋਈ ਗਰੰਟੀ ਨਹੀਂ ਲੈਂਦੇ ਵੀ ਇਹ ਕਿਹਦੀ ਹੈ ਅਤੇ ਕਿਹਦੀ ਨਹੀਂ। ਇਸ ਕਰਕੇ ਉਹ ਵੀਡੀਓ ਬਿਲਕੁਲ ਗਲਤ ਵਾ।